امام زمانہ بادشاہ دے ظہور فرما، ذکر صدقے بیماراں نوں شفا عطا فرما، بے اولادن اولاد فرما، گناہ قیدن قیدن چھڑا فرما، تہاڈی میری حاضری سین قبول تے منظور فرما، ملک مریض صاحب دی حاضری قبول فرما، بادشاہ دے غم تو علاوہ کائنات قبول فرما، صلوات بابا ذکر سندی امام زمانہ بلندتر صلوات جنہیں جتنا ذہن چالے محمد دا مقام بلند ہے اتنی بلند صلوات نعرہ تکبیر سبلو نعرہ تکبیر نعرہ رسالت نعرہ حیدری مل کے بولو حیدری حسینیت حسینیت یزیدیت محمد دشمن تے لعنت پاک سین دے قاتلاں تے لعنت سدی امام زمانہ بلند تر صلوات اعوذ باللہ من الشیطان اللعین الرجیم بسم اللہ الرحمن الرحیم صلوات الصلوۃ والسلام علی سید الانبیاء والمرسلین صلوات الصلاۃ پڑھ کے ذکر مومنا کرتا کے لیے بیبیاں دیے رول گئیاں بڑی بڑی یہ گھر بھی ہوا تباہ بسم اللہ والے گھرانے کو سنی دیے جندے اوکھے اوکھے موڑے
ਮੇਰਾ ਦੀ ਡਿੱਠੀ ਹੋਈ ਕੋਈ ਨਹੀਂ ਹੈ ਵਜਣਾ ਜ਼ਰੂਰ ਮੈਂ ਇਕੱਲੀ ਨਹੀਂ ਮੇਰੇ ਨਾਲ ਅਕਬਰ ਦੀ ਅੰਮਾ ਕਹਿ ਦੋ ਬੀਬੀਆਂ ਔਖੀਆਂ ਗੁਜ਼ਰੀਆਂ ਨੇ ਇੱਕ ਮਾਂ ਇੱਕ ਧੀ ਮਾਂ ਦੇ ਨਸੀਬਾਂ ਦਰਬਾਰ ਧੀ ਦੇ ਨਸੀਬਾਂ ਦਰਬਾਰ ਜੱਡਾ ਮਾਂ ਗਈ ਆਈ ਸਾਹਬੀ ਦਾ ਦਰਬਾਰ ਆਏ ਜੱਡਾ ਧੀ ਗਈ ਹੈ ਸ਼ਰਾਬੀ ਦਾ ਬਾਜ਼ਾਰ ਜੱਡਾ ਮਾਂ ਗਈ ਨਾਲ ਹਸਨ ਆਏ ਨਾਲ ਹੁਸੈਨ ਆਏ ਕੁੱਤੇ ਕੁਰਸੀਆਂ ਤੇ ਬੈਠ ਰਹੇ ਮੁਹੰਮਦ ਦੀ ਚੁੱਪ ਕਰਕੇ ਖੜੀ ਰਹੀ ਸਾਢੇ ਤਰਾਈ ਘੰਟੇ ਤੋਂ ਬਾਅਦ ਮੇਰੀ ਆਦਨ ਚਾਚਾ ਸਲਮਾਨ ਮੈਂ ਥੱਕ ਪਈਆਂ ਤੇਰੀਆਂ ਦਈਆਂ ਦੇ ਪਰ ਮੈਂ ਤਾਂ ਦੁਆ ਹੀ ਮੰਗ ਸਕਦਾ ਜਰਾ ਹੁਸੈਨ ਨੂੰ ਰੋਂਦੇ ਛੱਲ ਮੁਸਲਮਾਨ ਦੁਆ ਦਿਨ ਸ਼ੀਆ ਰੋਂਦਨ ਸ਼ੀਆ ਮਾਤਮ ਕਰਦੇ ਧੀਆਂ ਭੈਣਾਂ ਬਾਰਗਾਂ ਵਿੱਚ ਗਿੰਨਾ ਦਿਨ ਅਸਾਂ ਕੋਈ ਥੱਲੇ ਨਹੀਂ ਪਾਗਲ ਨਹੀਂ ਆਤਮ ਦੱਸਾਂ ਸਾਂ ਕਿਉਂ ਰੋਂਦੇ ਆ ਜਿਸ ਬੀਬੀ ਦਾ ਕੋਈ ਫਿਰਾ ਨਹੀਂ ਮੁਸਲਮਾਨਾ ਘਰ ਮਾਰਿਆ ਜੈਂਦੇ ਅਠਾਰਾਂ ਬਿਰਾ ਸ਼ਾਮ ਦੀ ਮਲਕਾ ਲਾਹੌਰ ਦੀ ਮਲਕਾ ਸ਼ਾਲਾ ਪੁਰਸਾ ਕਬੂਲ ਕਰੇ ਸ਼ਾਲਾ ਮਨਜ਼ੂਰ ਕਰੇ ਪੜਦਾ ਪਿਆ ਅੱਬਾਸ ਦੀ ਲਾਸ਼ ਤੇ ਉਜੜ ਕੇ ਆਈਏ ਮਾਇਆਂ ਦੀ ਰੱਸੀਆਂ ਪਾ ਕੇ ਵਾ ਬੈਠੀ ਕੱਪੇ ਆਏ ਵੀਰ ਦਾ ਗਲ ਚੁੰਮਦੀ ਮੋਹਾਲਾ ਮਾਫੀ ਦੇ ਬਾਈ ਮਾਫੀ ਦੇ ਬੀਬੀ ਆਦਣ ਸੱਜਾਦ ਬਚਾਇਆ ਮੁਲਤਾਨ ਵਾਲਿਓ ਅਜ਼ਾਦਾਰ ਬੈਠੇ ਹੋ ਮਾਤਮੀ ਬੈਠੇ ਹੋ ਤੁਹਾਡਾ ਨੌਕਰ ਹਾਂ ਸ਼ਹੀਦਾਂ ਦਾ ਮਾਤਮੀਆਂ ਦਾ ਹਰ ਅਜ਼ਾਦਾਰ ਅੱਗੇ ਹੱਥ ਹਨ ਹਰ ਮਾਤਮੀ ਅੱਗੇ ਹੱਥ ਹਨ ਰੋਣਾ ਰੋਣਾ ਕਿਸੇ ਦੀ ਕਮਾਲ ਹੀ ਨਹੀਂ ਇਹ ਅਲੀ ਦੀ ਧੀ ਦੀ ਅਤਾ ਹੈ ਆਓ ਤੁਸਾਂ ਵੀ ਪਿੰਨੋ ਮੈਂ ਵੀ ਪਿੰਨਾ ਸ਼ਾਮ ਦੀ ਮਲਕਾ ਲਾਹੌਰ ਦੀ ਮਲਕਾ ਕਬੂਲ 'ਚ ਮੁਲਤਾਨ ਵਾਲਿਓ ਕਰਬਲਾ 'ਚ ਜੰਗ ਨਹੀਂ ਹੋਈ ਬੋਲੋ ਜ਼ੁਲਮ ਚਿੱਟੀ ਦਾੜੀ ਵਾਲੇ ਮੂਮਨ ਬੈਠੇ ਹੋ ਅਜ਼ਾਦਾਰ ਬੈਠੇ ਹੋ ਇੱਕ ਸਵਾਲ ਦਾ ਮੈਨੂੰ ਜਵਾਬ ਦਿਆ ਹੈ ਕਿਤਨੇ ਵੇਣ ਦੀ ਇਜਾਜ਼ਤ ਮਿਲੀ ਹੈ ਅਲੀ ਦੀ ਧੀ ਨੂੰ ਬੋਲੋ ਇੱਕ ਬੀਬੀ ਆਦੀ ਕਾਸਮ ਦੀ ਲਾਸ਼ 'ਤੇ ਨਾ ਕਰਸਾਂ ਆਉਣ ਦੀ ਲਾਸ਼ 'ਤੇ ਨਾ ਕਰਸਾਂ ਮੁਹੰਮਦ ਦੀ ਲਾਸ਼ 'ਤੇ ਨਾ ਕਰਸਾਂ ਬੀਬੀ ਆਦਨ ਕਿੱਥੇ ਮੇਰੇ ਗਾਜ਼ੀ ਦੀ ਲਾਸ਼ ਮੇਰੇ ਹੱਥਾਂ ਲੋ ਵਿਖਿਆ ਹੈ ਬਾਈ ਮੇਰੇ ਹੱਥਾਂ ਲੋ ਵਿਖਿਆ ਅਲੀ ਦੀ ਧੀ ਅੱਬਾਸ ਦੀ ਲਾਸ਼ 'ਤੇ ਆਈਏ ਅਤੇ ਸੈਣ ਵਹਿਣ ਕੀਤਾ ਬੀਬੀ ਆਦਨ ਸੁਲਤਾਨ ਸ਼ਾਬਾਸ ਦੀ ਦੁਨੀਆ ਦਾ ਖੁੱਲੇ ਹੋਏ ਵਾਲ ਹੱਥ ਵਿੱਚ ਕੜੀਆਂ ਮੰਡੇ ਨਾਲ ਨਿਤਰੇ ਭਰ ਜਿਹਦਾ ਪੱਥਰ ਦਾ ਜਿਗਰ ਮਾਫੀ ਦੇ ਜਿਹਦਾ ਪੱਥਰ ਦਾ ਜਿਗਰ ਮਾਫ ਇਹਨ ਖੁੱਲੇ ਹੋਏ ਵਾਲ ਹੱਥ ਵਿੱਚ ਕੜੀਆਂ ਮੰਡੇ ਨਾਲ ਨਿਤਰੇ ਭਰ
ਸੱਤਰ ਬੜੀ ਔਖੀ ਹੈ, ਬੋਲੋ ਮੈਨੂੰ ਮਾਫ ਜੀ ਜੀ ਮਾਫ ਹੱਥ ਨਹੀਂ ਬਾਤ ਇਨ ਖੁੱਲੇ ਵਾਲ ਹੱਥ ਵਿੱਚ ਕਣੀਆਂ ਮੰਡੇ ਨਹਾਲ ਤਰੇ ਭਰ ਮੇਰੀ ਸੈਨ ਤੱਕ ਡਵੇ ਬੀਬੀਆਂ ਦਿਨ ਤੂੰ ਨਹੀਂ ਸੁਣਿਆ ਕੁਬਰਾ ਦਾ ਪੁਰਕਾ ਲਾਇਆ ਨੇ ਜ਼ਿਆ ਨਾਲ ਸਿਪਾਹੀਆਂ ਮੈਂ ਸ਼ਾਮ ਦੇ ਪਾਸੇ ਵਹਿੰਦੀ ਪਈਆਂ ਹਿੰਨ ਰੱਬ ਦੀਆਂ ਬੇਪਰ ਬੀਬੀਆਂ ਦੀ ਮੈਂਡਾ ਇੱਕ ਵਾਰ ਟੁਰ ਗਿਆ ਕਾਸਮ ਟੁਰ ਗਿਆ ਮੰਡਿਆਂ ਟੁਰ ਗਿਆ ਮੁਲਤਾਨ ਵਾਲਿਓ ਬਿਨਾਵਟੀ ਜ਼ਾਕਰ ਹੀ ਨਾ ਫਕਤ ਭੇਣ ਅਤੇ ਬਿਰਾ ਰਾਜ਼ੀ ਹੋਣ ਬਸ ਤੁਹਾਡੀ ਦੁਆ ਨਾਲ ਇੱਕ ਮੁਹਰਮ ਮੈਂ ਕਰਬਲਾ ਕੀਤੇ ਮੈਂ ਉਹ ਜਾ ਦੇਖੀਏ ਜਿੱਥੇ ਅਕਬਰ ਨੂੰ ਬਰਛੀ ਲੱਗੀ ਹੈ ਚਾਚਾ ਮੈਂ ਭਾਈ ਉਹ ਜਾ ਦੇਖੀਏ ਜਿੱਥੇ ਕਾਸਮ ਦੀ ਲਾਸ਼ ਘੋੜੇ 'ਚ ਰੁਲਦੀ ਰਹੀ ਨਾਵੀਂ ਮੁਹਰਮ ਆਈ ਮੈਂ ਬਾਦਸ਼ਾਹ ਦੇ ਦਰ 'ਤੇ ਮਾਤਮ ਪੈ ਕਰਦਾਸ ਇੱਕ ਅਟਕ ਦਾ ਸੱਯਦ ਉਸ ਆਖੇ ਤੂੰ ਬਾਦਸ਼ਾਹ ਹੁਸੈਨ ਦਾ ਦਾ ਕਰੇ ਉੱਠ ਮੇਰੇ ਨਾਲ ਹੁਸੈਨ ਬਾਦਸ਼ਾਹ ਦੀ ਜ਼ਰੀ 'ਤੇ ਮੈਨੂੰ ਇਹ ਦੱਸ ਅਕਬਰ ਦਾ ਬਾਬਾ ਲੱਥਾ ਕਿਵੇਂ ਕਦਮਾਂ 'ਚ ਆ ਕੇ ਬਹਿ ਗਿਆ ਭਾਈ ਜਾਨ ਕਦਮਾਂ 'ਚ ਲੱਖਾਂ ਹਮ ਮਖਲੂਕ ਮੈਂ ਕਿਹਾ ਮੁਸਲਮਾਨ ਤੂੰ ਆਦਨ ਸ਼ੀਆ ਰੋਂਦਨ ਸ਼ੀਆ ਮਾਤਮ ਕਰਦੇ ਧੀਆਂ ਬਹਿਣਾਂ ਨੂੰ ਬਾਰਗਾਂ ਵਿੱਚ ਗਿਣਨਾ ਦਾ ਸਭ ਪਾਗਲਾਂ ਛੱਲੇ ਹਾਂ ਆਤਮ ਦੱਸਾ ਸਾ ਕਿਉਂ ਰੋਂਦੇ ਹਾਂ ਕਿਉਂ ਮਾਤਮ ਕਰੇਂਦੇ ਆ ਕਿਸੇ ਇੱਕ ਨਹੀਂ ਆਖਿਆ ਨੌ ਲੱਖ ਚੋਂ ਨਹੀਂ ਮੈਯਤ ਨੂੰ ਕਤਲ ਕਰੀਦਾ ਜੈਂਦਾ ਕੋਈ ਨਾ ਹੋਵੇ ਦੁਨੀਆ ਤੇ ਉਹਨੂੰ ਰਲ ਮਿਲ ਦਫਾ ਬਹੱਤਰ ਕਦਮ ਤੜੇਂਦੀ ਰਹੀ ਆਦੀ ਰਹੀ ਨਮਾਰੀ ਦੇ ਛੁੜਾਵਣ ਵਾਲੇ ਤੁਰ ਗਏ ਬਹੱਤਰ ਕਦਮ ਤੜੇਂਦੀ ਰਹੀ ਭੈਣ ਸਰ ਤੇ ਕੁਰਾਨ ਰੱਖੀ ਬੈਠੀ ਆਈ ਆਦੀ ਰਹੀ ਨਮਾਰੀ ਦਾ ਅਕਬਰ ਤੁਰ ਗਿਆ ਕੋਈ ਪੱਥਰ ਮਰੇਂਦਾ ਏ ਕੋਈ ਤਲਵਾਰ ਮਰੇਂਦਾ ਏ ਕੋਈ ਨੇਜ਼ਾ ਮਰੇਂਦਾ ਏ ਕੋਈ ਤਲਵਾਰ ਮਰੇਂਦਾ ਮੈਨੂੰ ਤ੍ਰੀ ਸਪਾਰੇ ਕੁਰਾਨ ਦੀ ਕਸਮੇ ਜੈਨੂੰ ਕੁਝ ਨਹੀਂ ਮਿਲਦਾ ਕਰਬਲਾ ਦੀ ਰੇਤ ਗਰੀਬ ਦੇ ਜ਼ਖਮਾਂ ਦੇ ਵਦਸ ਆਦੀ ਲਈ ਨਮਾਰੀ ਦੇ ਛੁੜਾ ਬਣਾ ਲੈ ਟੁਰ ਅੱਲਾ ਕਬੂਲ ਕਰੇ ਮਾਲਕ ਮਨਜ਼ੂਰ ਕਰੇ ਤੇਰੀ ਮੇਰੀ ਹਾਜ਼ਰੀ ਸੈਨ ਆਪਣੇ ਦਰਬਾਰ 'ਚ ਬਿਮਾਰਨ ਸ਼ਫਾ ਹੋਵੇ ਬੇਉਲਾਦ ਮੌਲਾਦ ਹੋਵੇ ਬੇਗੁਨਾਹ ਕੈਦ ਨਹੀਂ ਕਦੋਂ ਚੁੜਿਆ ਉਹਨੇ ਇੱਕ ਸਲਵਾਤ ਬਾਬਾ ਜੀ ਬਲਕ ਪੜ੍ਹੋ ਮਸੂਮ ਫਰਮਾਨ ਜਿਹੜਾ ਬੰਦਾ ਸਾਰੀ ਜ਼ਾਤ 'ਤੇ ਖੁਸ਼ ਹੋ ਕੇ ਦਰੂਦ ਪੜ੍ਹਦਾ ਹੈ ਅੱਲਾਹ ਉਹਦੇ ਗੁਨਾਹ ਮਾਫ਼ ਕਰ ਦਿੰਦਾ ਮਜਮਾ ਕਾਫੀ ਹੈ ਸਲਵਾਤ ਅਸੀਂ ਪਰ ਉਹ ਨਜਫ ਦਾ ਵਾਲੀ ਰਾਜ਼ੀ ਹੋ ਜਾਏ ਇਜਾਜ਼ਤ ਹੋਵੇ ਤਾਂ ਇੱਕ ਦੋ ਕਸੀਦੇ ਪੜ੍ਹ ਲਈਏ ਜਿਹਨਾਂ ਸਾਰਿਆਂ ਦੀ ਇਜਾਜ਼ਤ ਹੈ ਸਲਵਾਰ ਡੇਲੀ ਪੇ ਪੜ੍ਹਦੇ ਉੱਚੀ ਸਲਵਾਤ ਪੜ੍ਹੋ ਹਾਲੇ ਅੱਲਾਹੁਮ ਨਹੀਂ ਸਲਵਾਤ ਉੱਚੀ ਪਰਸੋ ਤਾਂ ਕਸੀਦਾ ਪਰਸਾਂ ਲਈ ਅੱਲਾਹੁਮ ਸੁਲੇ ਅੱਲਾਹ ਜ਼ਹੂਰ ਅਲੀ ਕੀ ਖਾਤਰ ਜਹਾਂ ਮੇਂ ਕਿ ਨਬੀਓਂ ਸੇ ਕਾਬਾ ਜ਼ਹੂਰ ਅਲੀ ਕੀ ਖਾਤਰ ਜਹਾਂ ਮੇਂ ਕਿ ਨਬੀਓਂ ਸੇ ਕਾਬਾ ਬਨਾਇਆ ਗਿਆ ਭਾਈ ਥੋੜਾ ਆਵਾਜ਼ ਖੋਲੇ ਜ਼ਹੂਰ ਅਲੀ ਕੇ
दुआ लैनी है नाल रंग लाए सलामत नगरी आबाद रहे पहली दफा थोड़ी ज़ियारत करन आया पहली दफा लेके खातर जहां में नबियों से क्या से इनको हटाया गया बहुत 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 मुल्तान आलो आबाद रहो सलामत रहो मेरी औकात तो सोना सुने मैं राजी हूं नगरी आबाद रवे आजादार आबाद रहे मातमी आबाद रहे मन्नन आले आबाद रहे बादशाह दे आजादारां दी जिंदगी हो मातमी दी अर मजलस चादाली नू मन सोच नहीं जिस मने सलमान बने जिस सोचे शैतान बने तू मन ताई अली है तू न मन ताई अली है अली इस वास्ते अली है जो अली नू बनावन वाला भी अली है हाथ में उठाज ना हो सब बोलो या अली बा मोहम्मद हुसैन शाह जी मौला दे बड़े अच्छे मजाक करो दुआ फरमासो कसीदे दा फिकरा तुहाडे नौकर पढ़ना है ते इंसाफ पूरा मुल्तान करसी अगले साल तक अगर याद ना रवे इस फिकरा अब्बास दी दलील ते सजदा ही नहीं कीता सजी हो दाड़े बचरे जीवन शेर गौर दे नाल समाज फरमाने जहां से हुई थी दीवार शक जो सुन सकते हो आया थे अंदर वहीं से तो हक जो अहमद अले के छुपाने की खातिर खिलाफों से काबा अहमद अली की छुपाने की खातर गिलाफों से काबा छुपाया गया गिलाफों से काबा छुपाया गया गिलाफों से काबा छुपाया गया जिस दिल में शाख अल्फत हैदर खिली नहीं उसको कभी सुकून की दौलत मिली मुझको तो जिंदगी ने यही दर्स दिया है उस जिंदगी पे लानत जिसमें अली हाथ में उठा जी बहुत मेहरबानी सब बोलो या अली या अली इस तो वड़ा फिकरा सुनावा तो वो जो है मालिक रंग लाए फजीलत अली की क्या बात होगी के कदमों में जिसके ये कायनात होगी सुनी काबे अंदर है
کے کاندھوں پہ حیدر کو سارا اٹھایا گیا ہے۔ اے ہاتھ شالہ ذری تلک گیا، ہاتھ شالہ ذری تلک گیا۔ اللہ دا شکر ادا نہیں کر سکتے جس اللہ نے تو مینو 14 ہادی عطا کیتے، سارے دے سارے سید، سارے دے سارے معصوم، سارے دے سارے لاریب، سارے دے سارے بے عیب، جڑا پہلا بھی محمد ہے، درمیان والا بھی محمد تے آخری بھی محمد، جنہاں دا چلنا قرآن، جنہاں دا پھرنا قرآن، جنہاں دے منن دا نام جنت ہے، جنہاں دے سوچن دا نام جہنم۔ ید اللہ کہوں تو نہیں یہ عجب ہے، علی مرتضی تو نصیری کا رب ہے، سنی پردے سے باہے معراج میں تھا وہی ہاتھ خم پہ دکھایا گیا۔ قطبیت رلی، بسم اللہ بسم اللہ، مولا زندگی، واہ واہ واہ، سب بولو نہیں مجمع کافی نارا ڈھلا ہے، اونچی آواز آنا، سب بولو آئے تو نہیں جا رہی، ہاں جی اجازت ہے جناب سنائیے۔ ہر زمانہ میرے حسین کا ہے، ہر زمانہ میرے حسین کا ہے، ہر زمانہ میرے حسین کا ہے۔ دو فکریں پڑھنا ہے، بولو جد امام علی ہاتھ کھڑا کر کے علی لال کلندر سال تک بھول جائے تھے عباس دی دلیل تے نوکری نہیں کی تھی، جھاڑو ہی نہیں ماریا، پوری توجہ نال شیر سماعت فرمانے، میرے حسین کا ہے۔
پیاج سے وضو کرتے ہیں وہ پسینہ میرا حسین کا راضی روائے پھر زندگی ہوئی تے نوکری دیساں بس ملتان آلیوں شریفان تے لٹے گئے ہائے ہائے یہ دہائے نکلیے میں تے دعائی مانگ سکتا ہوں اللہ کسے غم میں چنا رولا ہوں کسے دکھ چنا رولا شریفان تے لٹے گئے وسدیان تو جگ تو وکھرے اجرین قبر نال قبر کوئی او تو سمی پنو میں بھی پن دا شام دی ملکہ لاہور دی ملکہ شالا قبول کرے شالا منظور آن جس دل میں پنج تر کی خوشبو بسے نہیں جس دل میں پنج تر کی خوشبو بسے نہیں سیدہ دنمہ کو لاکھ بیمار سڑیں دے میڈا اصلی نام سجا دے کربال وچ میں ویکھی آیا ہوندہ وسدہ گھر بار کربال وچ میں ویکھی آیا ہوندا وسدا گھر پر وفادا ریا چادر منگدا پھپھیاں کیتے نہیں سندا کوئی فریاد رے ہس دے قاتل اکبر دے بیمار کو اج تھائی سیدہ دن میں نے اکبر ٹر گئی ہے میں نے قاسم ٹر گئی ہے میں نے یون ٹر گئی ہے میں نے محمد ٹر گئے میں نے مان موک گئے جی 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 میں کو تھکا بیٹھا مقصد روان نہ لینا جو بہن بھرا راضی ہوں بس اور کوئی مقصد میں کو لوگ بیمار سڑیں دین آئے آئے رونا لے واسے بڑا جملہ منڈا اصلی نام سجا دے کربال وچ میں ویکھی آیا ہوندا وسدا گھر بن آخری وقت میرے مولا سجاد امام باقی روندہ روندہ بابے دیکھو لائے سید آدن بابا منہ کائنو کچھ نہ کھانا لابابا بابا اس دنیا جو بڑے بڑے نبی آئے بابا بڑے بڑے ولی آئے بابا بڑے بڑے دکھ آئین بابا بڑیاں بڑیاں مصیبت آئین بابا ہر کوئی پانی رنے بابا تو خون رون دے بابا آنکھوں تے کوئی حکیم بلاوا آنکھوں تے کوئی ڈاکٹر بلاوا پتر دا متھا چم کے فرما دین بیمار کڑا نہیں رات رون دے ہومن نرم مزاج میری بیماری دا دنیا تے نہیں کوئی موجود احلاج احلاج اوکھا جملے آئے آئے سیدہ دن میڈا جگر چتاغ نغارت دے نہیں نقصیاں دے محتاج دے بندمائی
ਇਸ ਦਮਿਸ਼ਕ ਦੇ ਲੁੱਟਦੇ ਰਹੇ ਮੇਰੀ ਬੇਵਾ ਭੇਡ ਦਾ ਠਹਿਰ ਬਾਈ ਠਹਿਰ 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 ਮੁਲਤਾਨ ਵਾਲਿਓ ਇਹ ਮੇਰੇ ਹੱਥਾਂ ਨੂੰ ਵੇਖਿਆ ਹੈ ਜ਼ਿੰਦਗੀ ਦਾ ਕੋਈ ਪਤਾ ਨਹੀਂ ਪਹਿਲੀ ਦਫ਼ਾ ਆਇਆ ਫਕਤ ਤੁਹਾਡੀ ਦੁਆ ਲੈਣ ਆਇਆ ਇਮਾਮ ਦਾ ਰੂਹ ਪਰਵਾਜ਼ ਕਰ ਗਿਆ ਇਮਾਮ ਬਾਕੀ ਰੋਂਦਾ ਰੋਂਦਾ ਮੇਰੀ ਮਖਦੂਮਾ ਸੈਨ ਦੇ ਕੋਲ ਆਏ ਸੈਨ ਨੇ ਵਸੀਅਤ ਕਰਨਾ ਸ਼ੁਰੂ ਕੀਤੀ ਹੈ ਮੇਰੀ ਸੈਨ ਦੀ ਆਵਾਜ਼ ਆਉਂਦੀ ਹੈ ਬਾਕਰ ਪੁੱਤਰ ਹਯਾਤੀ ਉਹ ਵੀ ਜੱਡਾ ਪਿਓ ਨੂੰ ਕਫਨ ਪਵਾਵੇ ਪੜਾ ਪੜਾ ਬੋਲੋ ਹਨ ਜਿੱਥ ਜਿੱਥ ਗਾਸ ਜ਼ੰਜੀਰਾਂ ਦੇ ਉੱਥੇ ਹੋਲੇ ਪਹਾੜੀ ਪਾ ਤੇਰੀ ਜ਼ਿੰਦਗੀ ਹੋ ਤੇਰੀ ਜ਼ਿੰਦਗੀ ਹੋ ਮਾਫੀ ਮਾਫੀ ਹਨ ਜਿੱਥ ਜਿੱਥ ਗਾਸ ਜ਼ੰਜੀਰਾਂ ਦੇ ਉੱਥੇ ਹੋਲੇ ਖਿਆਲ ਕਰੇ ਉਹਦੇ ਪੈਰਾਂ ਤੇ ਹੱਥ ਨਾਲ ਆਰਾਮ ਦਲਾਵੇ 1400 ਮੀਲ ਪੈਦਲ ਟੁਰਿਆ ਨਾ ਪਿਓ ਦੇ ਜ਼ਖਮ ਲਾਇਆ ਮੇਰੇ ਸਰ ਤੇ ਕੁਰਾਨ ਰੱਖ ਮਿੱਟੀ ਤਬਾਹ ਕਰੋਣ ਵਾਲਾ ਮੋਮਿਨ ਇਹ ਰੋਣਾ ਤੈਨੂੰ ਕਬਰ ਚ ਪਤਾ ਚੱਲ ਸੀ ਜਿਹੜਾ ਕੱਲਾ ਹੋ ਸੀ ਕਬਰ ਚ ਇੱਕ ਹਸਤੀ ਦੀਆ ਮਜੋਸੀਆ ਜਾਂਦਾ ਸਰ ਕੋਈ ਨਾ ਹੋਸੀਆ ਪਰ ਮੈਂ ਸਨ ਮਲੈਕਾ ਆਰਾਮ ਦੇ ਨਾਲ ਪੁੱਛੋ ਇਹ ਮੋਮਨ ਮੈਂਡੀਆਂ ਭੇੜਾਂ ਨੂੰ ਰੋਂਦਾ ਲਿਆ ਮੇਰੇ ਸਰ ਤੇ ਕੁਰਾਨ ਰੱਖ ਝੂਠ ਬੋਲਾ ਮੁਜਰਮੋ ਕਰਬਲਾ ਤੂੰ ਸ਼ਾਮ 900 ਮੀਲ ਦਫਨ ਮੁਸਲਮਾਨ ਉੱਠਾ ਤੇ ਸਫ਼ਰ ਕਰਦੇ ਰਹਿਣ ਜ਼ਹਰਾ ਦੀਆਂ ਧੀਆਂ ਪੈਦਲ ਟੁਰਦੀਆਂ ਰਹੀਆਂ ਮਾਫੀ ਦੇਈ ਮਾਫੀ ਦੇਈ ਮਾਫੀ ਦੇਈ ਮਾਫੀ ਦੇਈ ਇਹਨਾਂ ਕੈਦੀਆਂ 'ਚ 2 ਕੈਦੀ ਔਖੇ ਨੇ ਮਰਦਾਂ 'ਚੋਂ ਸਜਾਦ ਮਸਤੂਰਾਂ 'ਚੋਂ ਰਬਾਬ ਮਰਦਾਂ 'ਚੋਂ ਸਜਾਦ ਮਸਤੂਰਾਂ 'ਚੋਂ ਰਬਾਬ ਮਰਦਾਂ ਚੂ ਸਜਾ ਮਸਤੂਰਾਂ ਚੂ ਰਬਾਬ ਮਸਦਾਂ ਚੂ ਸਜਾਦ ਮਸਤੂਰਾਂ ਚੂ ਰਬਾਬ ਮੁਲਤਾਨ ਨਾ ਲਿਆ ਸਵਾਲ ਕਰ ਔਖੇ ਕਿਉਂ ਐਨ ਔਖੇ ਕਿਉਂ ਐਨ ਮੈਨੂੰ ਮਿੰਬਰ ਹੁਸੈਨ ਦੀ ਇੱਜ਼ਤ ਦੀ ਕਸਮ ਔਖੇ ਇਸ ਵਾਸਤੇ ਗੁਜ਼ਰੇ ਨੇ ਪਿਓ ਨਾਲ ਪੁੱਤਰ ਕਹਿ ਦੀਏ ਏ ਮਾਂ ਨਾਲ ਥੀ ਖਦਣੇ ਜਿਹੜੀ ਆਦੀ ਰਹੀ ਚਾਦਰ ਦੀ ਆ ਮਨ ਪਰਦਾ ਬਣਾ ਬਣਾ